ਬੰਦੇ ਨੇ ਲਿਖੀਆਂ ਹੋਣਗੀਆਂ ਨਾ, ਜਿਵੇਂ ਹੁਣ ਮਾਨਵਤਾ ਪ੍ਰੇਮੀ ਅਤੇ ਕਮਿਊਨਿਸਟ, ਉਹ ਇੱਕੋ ਜਿਹੇ ਲੱਗਦੇ ਨੇ ਕਈ ਵਾਰ, ਕਿਉਂਕਿ ਉਹ ਵੀ ਸਮਝਦਾ ਵੀ ਬੜੀ ਗਰੀਬੀ ਆ, ਬੜੀ ਭੁੱਖ ਆ, ਕਿ ਮਾਨਵਤਾਵਾਦੀ ਵੀ ਇੱਦਾਂ ਲੱਗਦਾ। ਲੇਕਿਨ ਉਹਦੇ ਕੋਲ ਹੱਲ ਕੀ ਹੈ? ਉਹ ਹੱਲ ਇਹ ਦਿੰਦਾ ਵੀ ਫਿਰ ਇਹ ਕੋਈ ਜਾਂ ਤਾਂ ਪਰਮਾਤਮਾ ਕਿਰਪਾ ਕਰਦੇ, ਅਤੇ ਜਾਂ ਫਿਰ ਆਪਾਂ ਇੱਕ ਮੰਗ ਪੱਤਰ ਲੈ ਕੇ ਕਿਸੇ ਕੋਲ ਚੱਲ ਜਾਈਏ ਜਿਹੜਾ ਵੇਲੇ ਦਾ ਹਾਕਮ ਆ। ਕਿ ਇੱਕ ਇਹ ਆਉਂਦਾ ਵੀ ਇਵੇਂ ਤਾਂ ਹੋਣਾ ਨਹੀਂ, ਇੱਕ ਵਰਗ ਆ ਜਿਹੜਾ ਇਹਨੂੰ ਹਟਾ ਸਕਦਾ, ਉਹ ਵਰਗ ਨੂੰ ਜਥੇਬੰਦ ਕਰੀਏ, ਉਸ ਵਰਗ ਦੀ ਕੋਈ ਫਿਰ ਪਾਰਟੀ ਹੋਵੇ, ਫਿਰ ਇੱਕ ਤਬਦੀਲੀ ਹੋਵੇ। ਕਿ ਉਹ ਇਸ ਤਰ੍ਹਾਂ ਸੋਚਦਾ ਹੈ ਇਸ ਚੀਜ਼ਾਂ ਨੂੰ ਜਿਹੜਾ। ਲੇਕਿਨ ਉਹ ਜਦੋਂ ਫਿਰ ਸੋਚਣ ਤੋਂ ਕਰਨ ਤੋਂ, ਹੁਣ ਆਮ ਤੌਰ 'ਤੇ ਆਪਣੇ ਵੇਖੋ ਨਸ਼ਾ ਬਹੁਤ ਵੱਧ ਰਿਹਾ, ਇਹ ਇੱਕ ਸਮੱਸਿਆ ਕਿ ਨਹੀਂ? ਪਰਿਆਵਰਣ ਬੜਾ ਦੂਸ਼ਿਤ ਹੋ ਰਿਹਾ, ਇਹ ਵੀ ਇੱਕ ਬਹੁਤ ਵੱਡੀ ਸਮੱਸਿਆ। ਕਈ ਆਬਾਦੀ ਨੂੰ ਵੀ ਲੈ ਲੈਂਦੇ ਨੇ ਜੀ, ਇਹ ਆਬਾਦੀ ਬਹੁਤ, ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਆਬਾਦੀ ਕਿਵੇਂ ਵੱਧਿਆ ਜਾਂ ਕੀ ਘਟਿਆ, ਵੀ ਪਾਣੀ ਬੜਾ ਗੰਧਲਾ ਹੋ ਰਿਹਾ, ਵਾਤਾਵਰਣ ਗੰਧਲਾ ਹੋ ਰਿਹਾ, ਉਹ ਇਹ ਚੀਜ਼ਾਂ ਨੂੰ ਲੈ ਲੈਂਦੇ ਨੇ, ਫਿਰ ਉਹਦੇ ਖਿਲਾਫ਼ ਕਿਵੇਂ ਲੜਦੇ ਨੇ? ਹੁਣ ਉਹਨੂੰ ਇਹ ਨਹੀਂ ਵੀ ਜਦੋਂ ਇੰਨੀਆਂ ਗੱਡੀਆਂ ਆ ਰਹੀਆਂ ਨੇ, ਵੀ ਇੱਕ ਬੜੀ ਛੋਟੀ ਜਿਹੀ ਗੱਲ ਹੈ ਵੀ ਇੰਨੀਆਂ ਗੱਡੀਆਂ ਨਾ ਕੱਢਣ, ਕਿ ਨਹੀਂ ਰੇਲ ਸੇਵਾ ਸ਼ੁਰੂ ਕਰ ਦੇਣ, ਬਿਜਲੀ ਸੇਵਾ ਕਰ ਦੇਣ। ਹੁਣ ਉਹ ਐਡੀ ਫਿਰ ਉਹਦੇ ਨੇ ਇੱਕਦਮ ਬਹੁਤ ਵੱਡੀ ਮਾਰਕੀਟ ਢਹਿੰਦੀ ਹੈ, ਮਤਲਬ ਪੂੰਜੀਵਾਦ ਦਾ ਵੀ ਉਤਪਾਦਨ, ਹੋਰ ਉਤਪਾਦਨ, ਇਕੱਲੇ ਇਕੱਲੇ ਕੋਲ ਕਾਰ ਵਗੈਰਾ। ਉਹ ਜਦੋਂ ਇਹ ਚੀਜ਼ ਸਮਝ ਆਉਂਦੀ ਆ ਮਾਰਕਸਵਾਦ ਪੜ੍ਹਿਆ, ਫਿਰ ਲੱਗਦਾ ਵੀ ਇਹ ਚੀਜ਼ਾਂ ਇਸ ਘੇਰੇ ਦੇ ਅੰਦਰ ਤਾਂ ਨਹੀਂ, ਇਸ ਘੇਰੇ ਦੇ ਅੰਦਰ ਤਾਂ ਆਪਾਂ ਇਹਨਾਂ ਦੀ ਆਲੋਚਨਾ ਕਰ ਸਕਦੇ ਹਾਂ, ਲੇਕਿਨ ਇਹ ਬੰਦ ਨਹੀਂ ਕਰਨਗੇ ਇਹ ਚੀਜ਼ਾਂ, ਪਤਾ ਆਪਾਂ ਨੂੰ ਲੱਗਦਾ। ਹੁਣ ਸਾਰੇ ਪੂੰਜੀਪਤੀਆਂ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਜਿਵੇਂ ਆਪਣੇ ਆਇਆ ਵੀ ਜਿਹੜੀ ਝੋਨੇ ਦੀ ਪਰਾਲੀ ਨਾ ਸਾੜੋ ਵਾਲੀ ਇੱਕ ਨਿੱਕੀ ਜਿਹੀ ਗੱਲ ਹੀ ਆ, ਉਹਦੇ 'ਤੇ ਸਾਰੇ ਕਿਸਾਨਾਂ ਨੂੰ ਪਤਾ ਵੀ ਇਹ ਉਹਨਾਂ ਨੂੰ ਵੀ ਹੁੰਦੀ ਹੈ ਖੰਘ। ਕਿਸਾਨ ਜਿਹੜੇ ਵਾਹੁੰਦੇ ਨੇ ਜਾਂ ਵਾਹੁੰਦੇ ਨੇ ਜਾ ਕੇ ਖੇਤਾਂ 'ਚ, ਉਹਨਾਂ ਨੂੰ ਵੀ ਇਹ ਖੰਘ ਹੈ, ਆਲੇ ਦੁਆਲੇ ਬੱਚਿਆਂ 'ਤੇ ਨਹੀਂ ਨਾ ਰਹਿ ਸਕਦਾ। ਲੇਕਿਨ ਉਹ ਆਉਂਦੇ ਵੀ ਸਰਕਾਰ ਫਿਰ ਸਾਨੂੰ ਇਹ ਸੰਦ ਦੇ ਸਾਰੇ, ਹੈ ਨਾ, ਇਹ ਚੀਜ਼ਾਂ ਵੀ ਉਹ ਸਾਡਾ ਇਹਦਾ ਲੱਭਦੇ ਹੱਲ ਵਗੈਰਾ ਵਗੈਰਾ। ਵੀ ਫਿਰ ਹੁਣ ਉਹ ਸਰਕਾਰ ਹੁਣ ਵੱਡੇ ਸਰਮਾਏਦਾਰਾਂ ਦੀ ਹੈ, ਫਿਰ ਵੱਡੇ ਸਰਮਾਏਦਾਰਾਂ ਦੀਆਂ ਰਾਇਤਾਂ ਖੋਹੀਆਂ ਜਾਣਗੀਆਂ, ਕਿ ਜਾਂ ਬਹੁਤ ਜ਼ਿਆਦਾ ਹੋਰ ਮਜ਼ਦੂਰਾਂ 'ਤੇ। ਹੁਣ ਉਹਨਾਂ ਨੇ ਥੋੜ੍ਹਾ ਜਿਹਾ ਨੂੰ ਦੇਣ ਲਈ ਫਿਰ 110 ਰੁਪਏ ਵਧਾ ਕੇ ਕਣਕ ਦੇ, ਕਿ ਵੀ ਕੋਈ ਕੋਈ ਨਾ ਕੋਈ ਕੰਮ ਕਰੀਏ। ਉਹਨਾਂ ਦਾ ਜਿਹੜਾ ਹੱਲ ਆ ਉਹ ਹੱਲ ਇਸ ਢਾਂਚੇ ਦੇ ਅੰਦਰ ਅੰਦਰ ਹੀ ਹੁੰਦਾ, ਅਤੇ ਉਹ ਹੱਲ ਕਰਦਿਆਂ ਕਰਦਿਆਂ ਨਾ ਹੋਰ ਉਦੋਂ ਉਲਝ ਜਾਂਦੇ, ਕਿਉਂਕਿ ਉਹ ਪੂੰਜੀ ਨੂੰ ਤਾਂ ਨਾਸ ਨਹੀਂ, ਹੁਣ ਕਿਸਾਨ ਛੱਡਣ ਨੂੰ ਤਿਆਰ ਹੈ, ਕਹਿੰਦਾ ਮੈਂ ਪਰਾਲੀ ਨੂੰ ਅੱਗ ਨਹੀਂ ਲਾਉਂਦਾ, ਲੇਕਿਨ ਮੈਨੂੰ 5000 ਦੇ ਦਿਓ ਵੀ ਇੱਦੋਂ ਘੱਟ ਪਰਾਲੀ ਨਹੀਂ, ਮਤਲਬ ਪਾਸੇ ਰਹਿੰਦੇ ਨਾ, ਉਹ ਚੀਜ਼ਾਂ ਨੂੰ ਇਸ ਤਰ੍ਹਾਂ ਲੈਂਦੇ। ਲੇਕਿਨ ਜੇ ਸਮਾਜਵਾਦ ਹੋਏ ਉਹ ਇਸ ਚੀਜ਼ਾਂ ਨੂੰ ਲੈਣਗੇ ਵੀ ਆਪਾਂ ਨੂੰ ਇੰਨੀ ਉਤਪਾਦਨ ਦੀ ਲੋੜ ਕੀ ਹੈ, ਕਿ ਵੀ ਆਪਾਂ ਬੇਮਤਲਬ ਕਿਉਂ ਕਰਨਾ, ਆਪਾਂ ਪਲੈਨਿੰਗ ਬਣਾਵਾਂਗੇ, ਕਿ ਤਾਂ ਉਹਦਾ ਮੈਕਾਨਿਜ਼ਮ ਹੈ ਜਿਹੜਾ ਫਿਰ ਸਮਝਣ ਦੀ ਲੋੜ ਪੈ ਜਾਂਦੀ ਹੈ ਆਪਾਂ ਨੂੰ ਵੀ ਪੂੰਜੀਵਾਦ ਦਾ ਮੈਕਾਨਿਜ਼ਮ ਹੀ ਇਹ ਆ ਇਸ ਤਰੀਕੇ ਦੇ ਨਾਲ, ਉਹਦੇ 'ਚ ਇੱਕ ਮੁਕਾਬਲੇਬਾਜ਼ੀ ਆ, ਹੋਰ ਉਤਪਾਦਨ, ਅਤਿ ਉਤਪਾਦਨ ਉਹ ਕਰ ਦਿੰਦਾ, ਕਿ ਨਹੀਂ? ਅਤੇ ਫਿਰ ਜਿਹੜੇ ਛੋਟੇ ਆ ਉਹ ਦਰੜੇ ਜਾਂਦੇ ਆ, ਇਹ ਚੀਜ਼ ਆ। ਅਤੇ ਫਿਰ ਬਹੁਤ ਵਾਰੀ ਕਈ ਵਾਰੀ ਇਹ ਬੰਦੇ ਆਉਂਦੇ ਵੀ ਯਾਰ ਜਦੋਂ ਤੁਸੀਂ ਨਾ ਛੋਟਿਆਂ ਨੂੰ ਮਾਰਨਾ, ਅਸੀਂ ਥੋੜ੍ਹਾ ਮਾਰਨਾ ਚਾਹੁੰਦੇ, ਅਸੀਂ ਤਾਂ ਉਹਨੂੰ ਛੋਟੇ ਨੂੰ ਕੱਢਣਾ ਚਾਹੁੰਦੇ ਹਾਂ ਉਹਦੇ ਵਿੱਚੋਂ, ਕਿ ਨਹੀਂ? ਮਾਰਨਾ ਤਾਂ ਉਹ ਚਾਹੁੰ, ਸਰਮਾਏਦਾਰੀ ਰਹਿ ਗਈ ਤਾਂ ਉਹ ਲਾਜ਼ਮੀ ਤੌਰ 'ਤੇ ਉਹਦਾ ਕੋਈ ਹੱਲ ਨਹੀਂ, ਵੀ ਵਾਰ ਵਾਰ ਛੋਟਾ ਉਤਪਾਦਨ ਪੈਦਾ ਹੁੰਦਾ ਰਹਿੰਦਾ, ਵਾਰ ਵਾਰ ਉੱਜੜਦਾ ਰਹਿੰਦਾ। ਲੇਕਿਨ ਇੱਧਰ ਤਾਂ ਸਾਰੀ ਮਨੁੱਖਤਾ ਦੀ, ਮਤਲਬ ਜਿਹੜੀ ਉਹਦੀ ਆਜ਼ਾਦੀ, ਉਹਦੀ ਸੁਤੰਤਰਤਾ ਲਈ ਗੱਲ ਹੈ। ਸੋ ਇਸ ਕਰਕੇ ਅਸੀਂ ਇਸ ਜਾਵੀਏ ਤੋਂ, ਇਸ ਐਂਗਲ ਤੋਂ ਹੀ ਕਲਾ ਦਾ ਜਿਹੜਾ ਨਾ ਅਧਿਐਨ ਕਰਦੇ ਹਾਂ, ਕਲਾ ਦੀਆਂ, ਫਿਰ ਕਵਿਤਾ ਦਾ ਵੀ ਇਸੇ ਕਰਕੇ ਹੈ, ਕਿ ਨਹੀਂ? ਹੋਰ ਕਵਿਤਾ ਨੂੰ ਅਸੀਂ ਕਵਿਤਾ ਦੇ ਤੌਰ 'ਤੇ ਹੀ ਉਹਦਾ ਅਧਿਐਨ ਨਹੀਂ ਕਰਦੇ, ਤਾਂ ਜਦੋਂ ਅਸੀਂ ਕਵਿਤਾ ਨੂੰ ਕਵਿਤਾ ਦੇ ਤੌਰ 'ਤੇ ਦੇਖਦੇ ਹਾਂ, ਫਿਰ ਅਸੀਂ ਉਹਨੂੰ ਰੂਪ ਦੇ ਤੌਰ 'ਤੇ ਵੀ ਦੇਖਦੇ ਹਾਂ, ਉਹਦੇ ਤੱਤ ਦੇ ਰੂਪ 'ਤੇ ਵੀ ਦੇਖਦੇ ਹਾਂ। ਤਾਂ ਜਿਹੜਾ ਤੱਤ ਆ, ਅਸੀਂ ਜਾਣੇ ਵੀ ਜਿਹੜਾ ਉਹਦਾ ਤੱਤ ਆ, ਜੇ ਉਹਦਾ ਤੱਤ ਮਨੁੱਖ ਦੁਖੀ ਆ ਤਾਂ ਫਿਰ ਉਹਦਾ ਰੂਪ ਵੀ ਮਨੁੱਖ ਦੁਖੀ ਹੋ ਜਾਂਦਾ, ਕਿ ਨਹੀਂ? ਮਨੁੱਖ ਦੁਖੀ ਤੋਂ ਜਿਵੇਂ ਜਨਤਾ ਵਿਰੋਧੀ ਆਪਾਂ ਕਹਿ ਦਿੰਦੇ, ਜਨਤਾ ਕੀ ਹੁੰਦੀ ਹੈ? ਜਨਤਾ ਅਲੱਗ ਅਲੱਗ ਸਮਿਆਂ 'ਚ, ਜਦੋਂ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਆਦੀ ਸਾਮਿਆਵਾਦ ਸੀ, ਮੁੱਢਲਾ ਸਮਾਜਵਾਦ, ਉਹਦੇ 'ਚ ਸਾਰੇ ਲੋਕ ਜਨਤਾ ਸੀ, ਕਿਉਂਕਿ ਉਹਦੇ 'ਚ ਰੋਕੂ ਕੋਈ ਹੈ ਹੀ ਨਹੀਂ ਸੀਗਾ। ਗੁਲਾਮਦਾਰੀ ਦੇ ਵਿੱਚ ਜਿਹੜੇ ਗੁਲਾਮ ਸਨ ਅਤੇ ਜਾਂ ਜਿਹੜੇ ਕੋਈ ਸੁਤੰਤਰ ਨਾਗਰਿਕ ਸਨ, ਉਹ ਜਨਤਾ ਚਾਹੁੰਦੇ ਸਨ। ਔਰ ਸਮੰਤਵਾਦ ਦੇ ਵਿੱਚ ਜਿਹੜੇ ਆਪਾਂ ਕਹਿ ਸਕਦੇ ਹਾਂ ਕਿਸਾਨ ਅਤੇ ਹੋਰ ਜਿਹੜੇ ਇਹਨਾਂ ਨਾਲ ਤਬਕੇ ਸੰਬੰਧਿਤ ਸਨ, ਕਿਰਤ ਕਰਨ ਵਾਲੇ, ਉਹ ਜਨਤਾ ਚਾਹੁੰਦੇ ਸਨ। ਜਿਹੜੇ ਸਮੰਤ ਸਨ ਉਹ ਲੋਟੂਆਂ ਚਾਹੁੰਦੇ ਸਨ, ਉਹ ਜਨਤਾ ਦੇ ਵਿਰੋਧੀਆਂ ਚਾਹੁੰਦੇ। ਅੱਜ ਦੇ ਦੌਰ 'ਚ ਜਨਤਾ ਤੋਂ ਮਤਲਬ ਜਿਹੜਾ ਨਾ ਉਹ ਮਤਲਬ ਮਜ਼ਦੂਰ ਹੀ ਆ, ਜਿਹੜੇ ਉਤਪਾਦਨ ਦੀ ਕਿਰਿਆ ਦੇ ਵਿੱਚ ਸਾਰੀਆਂ ਚੀਜ਼ਾਂ ਬਣਾਉਂਦੇ ਨੇ, ਕਿ ਨਹੀਂ? ਤਾਂ ਉਹ ਜਾਂ ਉਹਨਾਂ ਨਾਲ ਸੰਬੰਧਿਤ ਜਿਹੜੇ ਕੋਈ ਆਪ ਲੱਗੇ ਕੰਮ ਦੇ ਵਿੱਚ, ਬਹੁਤ ਛੋਟੇ ਮਾਲਕ ਜਿਹਨਾਂ ਨੂੰ ਆਪਾਂ ਆਉਂਦੇ ਹਾਂ, ਜਿਹੜੀ ਉਹਨਾਂ ਦੀ ਮਾਲਕੀ, ਉਹਨਾਂ ਦਾ ਸਾਰਦੀ ਨਹੀਂ ਕਿਸਾਨੀ 'ਚ ਵੀ, ਇਹ ਜਨਤਾ ਚਾਹੁੰਦੇ ਨੇ।
ਹੁਣ ਉਹ ਆ ਵੀ ਉਹ ਕਵਿਤਾ ਜਿਹੜੀ ਉਹ ਸਾਹਿਤ ਆ ਉਹ ਰਚਨਾ ਇਸ ਜਨਤਾ ਲਈ ਆ ਜਾਂ ਇਹਦੇ ਉਲਟ ਨੇ? ਜੇ ਤਾਂ ਉਹ ਇਹਦੇ ਹੱਕ 'ਚ ਆ, ਠੀਕ ਨਹੀਂ, ਜੇ ਤਾਂ ਉਹ ਇਹ ਚੀਜ਼ਾਂ ਨੂੰ ਦਿੰਦੇ ਆ, ਫਿਰ ਉਹਦੇ 'ਚੋਂ ਅਲੱਗ ਅਲੱਗ ਫਿਰ ਕਵਿਤਾ ਦੇ ਰੂਪ ਜਿਹੜੀਆਂ ਚੀਜ਼ਾਂ ਨਿਕਲਦੀਆਂ ਨੇ। ਸੁਧਾਰਵਾਦੀ ਕਵਿਤਾ ਆਪਣੀ ਸੀਮਾ ਆਪਾਂ ਵੇਖ ਲੈਂਦੇ ਹਾਂ ਅੱਜ ਦੇ ਯੁੱਗ 'ਚ, ਨਹੀਂ ਉਹ ਇੱਕ ਸੁਧਾਰ ਤੋਂ ਅੱਗੇ ਨਹੀਂ। ਮਦਰ ਟਰੇਸਾ ਨੇ ਇੱਕ ਬੜੀ ਗੱਲ ਵਧੀਆ ਕਹੀ ਸੀ, ਉਹਨੂੰ ਕਿਸੇ ਨੇ ਆਖਿਆ ਵੀ ਜੀ ਵੀ ਜਿਹੜਾ ਤੁਸੀਂ ਉਹ ਕੋੜੀਆਂ ਦੀ ਸੇਵਾ ਕਰਦੇ ਸਨ, ਵੀ ਇਹਦਾ ਤਾਂ ਟੀਕਾ ਨਿਕਲਿਆ, ਇਹਦਾ ਤਾਂ ਇੱਦਾਂ ਹੈਗਾ ਵੀ ਆਹ ਚੀਜ਼ ਐਂ ਕਰ ਦਿੱਤੀ ਜਾਵੇ। ਜਿਵੇਂ ਪੜ੍ਹਾਈ ਲਈ ਸਕੂਲ ਖੋਲ੍ਹਣੇ, ਜੇ ਸਰਕਾਰ ਹੀ ਖੋਲ੍ਹ ਦੇਵੇ ਤਾਂ ਤੁਹਾਨੂੰ ਕੀ ਖੋਲ੍ਹਣ ਦੀ? ਸੇਵਾ ਸੰਮਤੀ ਦੀ ਕੀ ਲੋੜ ਹੈ ਕਿ ਨਹੀਂ? ਲੰਗਰ ਲਾਉਣਾ, ਜਿਹੜਾ ਜੇ ਲੰਗਰ ਲਾਉਣਾ ਉਹਦੀ ਜਗ੍ਹਾ, ਜੇ ਆਪਾਂ ਨੂੰ ਪਤਾ ਹੋਣਾ ਇੱਕ ਇੱਕ ਜਗ੍ਹਾ ਉਹਦਾ ਆਧਾਰ ਕਾਰਡ ਨਾਲ ਹੀ ਲਿੰਕ ਨਹੀਂ ਹੋਏ, ਤਾਂ ਇੱਕ ਬੱਚੀ ਮਰ ਗਈ, ਅਨਾਜ ਨਹੀਂ ਮਿਲਿਆ ਕਿ ਨਹੀਂ? ਤਾਂ ਉਹਨੇ ਆਖਿਆ ਵੀ ਜੇ ਮਤਲਬ ਦੁੱਖ ਨਾ ਬਰਕਰਾਰ ਰਹਿਣ ਸਮਾਜ ਦੇ ਵਿੱਚ ਤਾਂ ਸਾਡਾ ਜਿਹੜਾ ਏਜੰਡਾ ਹੀ ਖਤਮ ਹੋ ਜਾਂਦਾ। ਉਹਨੇ ਬੜੀ ਇਹ ਕਹੀ ਸੀ ਵੀ ਜੇ ਦੁੱਖ ਨਾ ਰਹਿਣਗੇ ਤਾਂ ਦੁੱਖ ਹਰਤਾ ਜਿਹੜੇ ਇੱਦਾਂ ਦੀਆਂ ਜਿਹੜੀਆਂ ਦੁਕਾਨਦਾਰੀਆਂ, ਤਾਂ ਮਤਲਬ ਉਹਨਾਂ ਦਾ ਕੰਮ ਹੈ ਇਹਨਾਂ ਨੂੰ ਇਹ ਰਹਿਣ ਵੀ ਅਤੇ ਅਸੀਂ ਲੱਗੇ ਰਹੀਏ, ਰਹਿਣ ਵੀ ਠੀਕ ਨਹੀਂ, ਗਰੀਬੀ ਰਹੇ ਵੀ ਤਾਂ ਉਹਦੇ ਨਾਲ ਜਿਹੜਾ ਸਾਰਾ ਉਹਦੇ ਨਾਲ ਜਿਹੜਾ ਸਾਰੀਆਂ ਚੀਜ਼ਾਂ ਨੇ ਉਪਜੀਆਂ ਉਹ ਰਹਿਣ, ਧਰਮ ਇਵੇਂ ਹੀ ਰਹੇ ਕਿਉਂਕਿ ਉਹ ਚੀਜ਼ਾਂ ਨੇ, ਤਾਂ ਉਹ ਜਿਹੜਾ ਵਰਗੀ ਸਮਾਜ ਆ ਵਰਗੀ ਵਿਰੋਧਾਂ ਵਾਲਾ ਸਮਾਜ ਉਹਨੂੰ ਢਹਿ ਢੇਰੀ ਨਾ ਕਰਿਆ ਜਾਏ ਉਹਨਾਂ ਦੇ। ਤਾਂ ਹੁਣ ਅਸੀਂ ਉਹ ਜਨਤਾ ਜਾਂ ਉਹ ਕਵੀ ਜਾਂ ਉਹ ਲੇਖਕ ਜਿਹੜੇ ਇਸ ਤੋਂ ਪਾਰ ਪਾਉਣਾ ਚਾਹੁੰਦੇ ਨੇ ਕਿ ਨਹੀਂ, ਉਹਨਾਂ ਨੂੰ ਮਤਲਬ ਜਿਹੜੀ ਅਸੀਂ ਜਾਂਦੇ ਹਾਂ ਵੀ ਉਹ ਕਲਾ ਕਲਾ ਲਈ ਨਹੀਂ ਹੋਣਗੇ। ਦੂਜੇ ਸਾਰੇ ਜਿਹੜੇ ਸੰਸ਼ੋਧਨਵਾਦੀ ਨੇ, ਸੁਧਾਰਵਾਦੀ ਨੇ, ਇਹ ਜਿਹੜੇ ਸਾਰੇ ਨੇ ਕਿ ਨਹੀਂ, ਇਹ ਸਾਰੇ ਦੇ ਸਾਰੇ ਉਹਨਾਂ 'ਚ ਸ਼ੁਮਾਰ ਹੋਣਗੇ ਵੀ ਇਹ ਜਿਉਂ ਤਿਉਂ ਰੱਖਣਾ ਚਾਹੁੰਦੇ ਨੇ। ਛਟਪਟਾਟ ਉਹਨਾਂ ਦੇ ਥੋੜ੍ਹੀ ਜਿਹੀ ਹੈ, ਲੇਕਿਨ ਜਦੋਂ ਫਿਰ ਬਦਲੀ ਦਾ ਡਰ ਵੀ ਉਹ ਬੜਾ, ਤੁਹਾਨੂੰ ਪਤਾ ਹੋਣਾ ਵਿਲੀਅਮ ਵਰਡਵਰਥ ਦੀ ਇੱਕ ਆਉਂਦੀ ਆ ਕਵਿਤਾ ਡੈਫੋਡਿਲ, ਉਹ ਵਿਲੀਅਮ ਵਰਡਵਰਥ ਪਹਿਲਾਂ ਬੜਾ ਕੁਦਰਤ ਅਗਾਂਹ ਵਧੂ ਸੀ ਨਹੀਂ, ਫਿਰ ਉਹਨੇ ਜਦੋਂ ਵੇਖਿਆ ਵੀ ਇਹ ਤਾਂ ਇਨਕਲਾਬ 'ਚ ਅਤੇ ਖੂਨ ਬੜਾ ਇੱਧਰ ਕ੍ਰਾਂਤੀ ਦੀ ਜਗ੍ਹਾ ਵੀ, ਫਿਰ ਉਹਨਾਂ ਦੇ ਗੁਲਾਬ ਵਾਲੇ ਫੁੱਲਾਂ ਬਾਰੇ ਲਿਖਣ ਲੱਗ ਗਿਆ ਕਿ ਨਹੀਂ, ਵੀ ਉਹ ਚੀਜ਼ਾਂ ਬਾਰੇ ਲਿਖਣ ਲੱਗ ਗਿਆ। ਅਤੇ ਉਹ ਜਿਹੜਾ ਛੈਲੇ ਵਗੈਰਾ ਸਨ ਉਹ ਇਹ ਲਿਖਦੇ ਰਹੇ ਉਹਨਾਂ ਨੇ, ਉਹ ਧਰਮ ਨਹੀਂ ਛੈਲੇ ਪੜ੍ਹਿਆ ਹੋਵੇ ਤੁਸੀਂ, ਜੇ ਉਹਦੀਆਂ ਕਵਿਤਾ ਕਿ ਨਹੀਂ ਅੰਗਰੇਜ਼ੀ ਦੇ ਵਿੱਚ ਨੇ ਆਉਂਦੀਆਂ ਸਨ, ਸ਼ਾਇਦ ਪੰਜਾਬੀ 'ਚ ਵੀ ਅਨੁਵਾਦਿਤ ਹੋਣਗੀਆਂ।